ਵੀ ਕਿਹਾ ਕਿ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇ। ਹਾਂਜੀ, ਜਦੋਂ 21 ਤਰੀਕ ਆ ਗਈ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਖੋਜ ਕਰ ਲੈਣ। 343 ਪਿੰਡ ਆ ਮੋਗੇ ਜ਼ਿਲ੍ਹੇ ਦੇ, ਜਿੰਨੀਆਂ ਪੰਚਾਇਤ ਚੋਣ ਹੋਈ ਇੱਕ ਪਿੰਡ ਵੀ ਅਸੀਂ ਕਿਸੇ ਦੇ ਕਾਜ ਰੱਦ ਨਹੀਂ ਹੋਣੇ, ਨਾ ਪੰਚਾਇਤ ਮੈਂਬਰ ਦੇ ਉਮੀਦਵਾਰ ਦੇ, ਨਾ ਸਰਪੰਚ ਦੇ ਉਮੀਦਵਾਰ ਦੇ, ਕਿਤੇ ਮਿਸਾਲ ਦਿੱਤੀ ਜਾਵੇ। ਜੇ 3/4 ਹੀ ਰੱਦ ਕਰਨਾ ਚਾਹੁੰਦੇ ਹੋ, ਮੈਂ ਡੀ ਸੀ ਨੂੰ ਕਿਹਾ ਇਹਨੂੰ ਹੱਕ ਠੀਕ ਕਰਕੇ ਲੜਾਓ, ਇਹ ਛੋਟੀ ਮੋਟੀ ਕਲੇਗੀ ਮਚਾਈ ਉਹ ਠੀਕ ਕਰਕੇ ਇਹਨੂੰ ਤੋੜਨਾ ਨਹੀਂ ਚਾਹੀਦੀ ਹੈ। ਇੱਕ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਫਰਜ਼ੀ ਡਿਕਲੇਅਰ ਕੀਤਾ ਹੋਵੇ, ਇੱਕ ਵੀ ਕਿਸੇ ਨੇ ਕਹਿ ਨਹੀਂ ਸਕਦੇ ਵੀ ਇਹਨਾਂ ਨੇ ਕਿਸੇ ਨੂੰ ਨੋ ਓਬਜੈਕਸ਼ਨ ਨਾ ਦਿੱਤਾ ਹੋਵੇ, ਨੋ ਡਿਊ ਨਾ ਦਿੱਤਾ ਹੋਵੇ। ਅਤੇ ਸਾਨੂੰ ਇੱਥੇ ਨਗਰ ਪਾਲਿਕਾ, ਤੁਹਾਨੂੰ ਪਤਾ ਦਿੱਤੇ ਤੱਕ ਦਿੱਤੇ ਉਹ ਕਾਹੀ ਭਰ ਨਹੀਂ, ਉਹ ਨੋ ਡਿਊ ਦੇਣ ਲੱਗੇ। ਸਾਡੇ ਜਿਹੜੀ ਡੈਮੋਕ੍ਰੇਸੀ ਦਾ ਕਤਲ ਹੋਣੀ ਚਾਹੀਦਾ, ਇਹ ਪਹਿਲੀ ਗੱਲ ਤਾਂ ਇਹਦੇ ਬਲਕਿ ਰਾਜਨੀਤੀ ਇੰਨੀਆਂ ਛੋਟੀਆਂ ਚੋਣਾਂ ਹੋਣੀਆਂ ਚਾਹੀਦੀਆਂ।